ਮੇਰਾ ਨਾਮ ਸੁਖਪ੍ਰੀਤ ਸਿੰਘ ਆ ਜੀ ਯਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਕਿ ਪੰਜਾਬ ਦੇ ਪਿੰਡਾਂ ਚ ਜਾਤਾਂ ਦੇ ਨਾਂ ਤੇ 2-2 3-3 ਸ਼ਮਸ਼ਾਨ ਘਾਟ ਬਣੇ ਆ ਸਰਕਾਰ ਨੇ ਫੈਸਲਾ ਲਿਆ ਕਿ ਜਿਹੜੀਆਂ ਵੀ ਪਿੰਡ ਇਹਨਾਂ ਨੂੰ ਇਕੱਠੇ ਹੋ ਕੇ ਫੈਸਲਾ ਕਰਨਗੇ ਕਿ ਇੱਕ ਕੀਤਾ ਜਾਵੇ ਪਿੰਡ ਦੇ ਸ਼ਮਸ਼ਾਨ ਘਾਟ ਜਿਸ ਨਾਲ ਆਪਸੀ ਭਾਈਚਾਰਾ ਵਧੂਗਾ ਅਸੀਂ ਉਹ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਆਂ ਤੇ ਨਾਲ ਹੀ ਗੌਰ ਕਰਦੇ ਆਂ ਹਾਂ ਅਸੀਂ ਫੈਸਲਾ ਕੀਤਾ ਜਿਹੜੇ ਸਾਡੇ ਪਿੰਡ ਦੇ ਦੋ ਸ਼ਮਸ਼ਾਨ ਘਾਟ ਆ ਉਹਨੂੰ ਇੱਕ ਕੀਤਾ ਜਾਊਗਾ ਤਾਂ ਕਿ ਕਦੇ ਵੀ ਆਉਣ ਵਾਲੇ ਟਾਈਮ ਸੀ ਸਾਡਾ ਆਪਸੀ ਭਾਈਚਾਰਾ ਜਾਤਾਂ ਦੇ ਨਾਂ ਤੇ ਵੰਡੇ ਨਾ ਜਾਈਏ ਸਾਡੇ ਦਾ ਨਗਰ ਚ ਗੁਰਦੁਆਰਾ ਸਾਹਿਬ ਵੀ ਅਸੀਂ ਸ਼ੁਰੂ ਤੋਂ ਇੱਕ ਹੀ ਰੱਖਿਆ ਜੀ ਇਹ ਜਗਾ ਜੀ ਜਿਹੜੀ ਪੰਚਾਇਤ ਦੀ ਜ਼ਮੀਨ ਆ ਇਹ ਜਗਾ ਨੂੰ ਵੀ ਅਸੀਂ ਇਹ ਨਹੀਂ ਕਿ ਅਖੰਡਰ ਬਣ ਜੂ ਬਿਲਡਿੰਗ ਪੰਜਾਬ ਸਰਕਾਰ ਦੇ ਜ਼ਿਲ੍ਹਾ ਫਰੀਕੋਟ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਇੱਥੇ ਥੋੜੇ ਦਿਨਾਂ ਚ ਇੱਕ ਅਮਰਤ ਸਰੋਵਰ ਬਣਾ ਰਹੇ ਹਾਂ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਬਾਕੀ ਇੱਥੇ ਇੱਕ ਸਰਕਾਰ ਦੇ ਸਕੀਮ ਚ ਵੈਜ ਸਬਜ਼ੀਆਂ ਦਾ ਆਰਗੈਨਿਕ ਸਬਜ਼ੀਆਂ ਦਾ ਸੈਂਟਰ ਬਣ ਰਿਹਾ ਫਲਦਾਰ ਬੂਟੇ ਲੱਗ ਰਹੇ ਆ ਇਹ ਵੀ ਬਿਲਡਿੰਗ ਨੂੰ ਅਸੀਂ ਵਰਤਾਂਗੇ ਇਹ ਨਹੀਂ ਵੀ ਕਿ ਸਰਕਾਰ ਦਾ ਲੱਗਿਆ ਪੈਸਾ ਜਿਵੇਂ ਆਮ ਹੀ ਆਪਣੇ ਗੱਲਾਂ ਬਣੀਆਂ ਜੀ ਫਲਾਨੀ ਬਿਲਡਿੰਗ ਖੰਡਰ ਬਣ ਗਈ ਉਹ ਨਹੀਂ ਅਸੀਂ ਬਣਾਉਣਾ ਬਸ ਇਹਨੂੰ ਸ਼ਮਸ਼ਾਨ ਘਾਟ ਦੇ ਤੌਰ ਤੇ ਬੰਦ ਕਰ ਦਾਂਗੇ ਭਾਈਚਾਰਕ ਸਾਂਝ ਲਈ ਬਿਲਕੁਲ ਪਿੰਡ ਚ ਭਾਈਚਾਰਾ ਬਣਿਆ ਰਵੇ ਦੋ ਦੋ ਜਾਤਾਂ ਦੇ ਜਾਂ ਤਿੰਨ ਤਿੰਨ ਧਰਮਾਂ ਦੇ ਨਾਂ ਤੇ ਜੇ ਕਈ ਆਸੇ-ਪਾਸੇ ਸਾਡੇ ਪਿੰਡਾਂ ਚ ਬਣੇ ਸ਼ਮਸ਼ਾਨ ਘਾਟਾ ਉਹਨਾਂ ਨੂੰ ਵੀ ਅਸੀਂ ਪ੍ਰੇਰਿਤ ਕਰਾਂਗੇ ਕਿ ਕੋਸ਼ਿਸ਼ ਕਰਕੇ ਇੱਕ ਕਰੋ ਵੀ ਇਹ ਮਨਸ਼ਾ ਨਹੀਂ ਇਹ ਸਪੈਸ਼ਲ ਆਪਾਂ ಗ್ರಾಮ ਸਭਾ ਦੇ اجلاس 'ਚ ਹੋਇਆ ਫੈਸਲਾ ਇੱਕ ਰੱਖਣ ਦਾ ਇਹ ਨਹੀਂ ਵੀ ਗ੍ਰਾਂਟ ਲੈ ਕੇ ਫਿਰ ਦੋ ਹੋ ਜਾਣਗੇ ਕਦੇ ਵੀ ਨਹੀਂ ਇਹ ਪੱਕੇ ਤੌਰ ਤੇ ਹੀ ਬੰਦ ਰਹੂਗਾ ਜੀ ਜੀ ਬਹੁਤ ਵਧੀਆ ਅਭਰਾਲਾ ਆਇਆ ਸੀ ਨਗਰ ਨੇ ਸਾਰੇ ਨੇ ਸਾਰੇ ਧਰਮਾਂ ਦੇ ਲੋਕ ਇਕੱਠਿਆਂ ਹੋ ਕੇ ਇੱਕ ਥਾਂ ਦੇ ਉੱਤੇ اجلاس ਦੇ ਰੂਪ ਦੇ ਵਿੱਚ ਉੱਥੇ ਫੈਸਲਾ ਕੀਤਾ ਵੀ ਆਪਾਂ ਛਾਮ-ਛਾਮ ਘਾਟਾ ਜਿਹੜਾ ਉਹ ਇੱਕ ਰੱਖਣਾ ਹੈ ਕੋਈ ਕਿਸੇ ਕਿਸਮ ਦੀ ਦੁਆਇਤ ਨਹੀਂ ਹੋਣੀ ਚਾਹੀਦੀ ਕਿਸੇ 'ਚ ਤਾਂ ਸਾਰਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਸਾਰੇ ਨਗਰ ਦੇ ਲੋਕਾਂ ਨੇ ਆਖਿਆ ਵੀ ਠੀਕ ਹੈ ਉਹ ਚੀਜ਼ ਨੂੰ ਬੰਦ ਕਰ ਦਿਓ ਜਿਹੜਾ ਨੇੜੇ ਆ ਨਗਰ ਦੇ ਉਹ ਨੂੰ ਰੱਖ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹੁਣ ਇਹਨਾਂ ਨੇ ਅਪਰਾਲਾ ਕੀਤਾ ਇਹ ਜੇ ਇਹ ਨਗਰ ਨੂੰ ਇਹਦੇ ਵਿੱਚ ਸੰਯੋਗ ਕਰਦੇ ਐ ਜਿਹੜਾ ਉਹਨਾਂ ਨੇ ਰੁਪਈਆ ਆਖਿਆ ਵੀ ਦੇਵਾਂਗੇ ਨਗਰ ਨੂੰ ਉਹ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਐ ਬਹੁਤ ਛਲਾਂਗਾ ਐ ਚੀਜ਼ ਦੀ ਕੈਪਟਨ ਸਾਹਿਬ ਨੇ ਪੂਰਾ ਨਹੀਂ ਕੀਤਾ ਸੀ ਇਸ ਕਰਕੇ ਉਹ ਪਿੰਡਾਂ ਦੇ ਵਿੱਚ ਨਗਰਾਂ ਚੱਲਿਆ ਨਹੀਂ ਸਾਡੇ ਨਗਰ ਦੇ ਵਿੱਚ ਇੱਕ ਗੁਰਦੁਆਰਾ ਐ ਸਾਰੇ ਧਰਮਾਂ ਦੇ ਲੋਕ ਕਮੇਟੀ ਬਣਾਈ ਗਈ ਐ ਬੌਰੀਆਂ ਸਿੱਖਾਂ ਦਾ ਵੀ ਇੱਕ ਉਹਦੇ ਵਿੱਚ ਮੈਂਬਰ ਲਿਆ ਗਿਆ ਮਜਬੀ ਸਿੱਖਾਂ ਦਾ ਵੀ ਮੈਂਬਰ ਲਿਆ ਗਿਆ ਜਿਨੇ ਮਿਸਤਰੀ ਸਿੰਘਾਂ ਦਾ ਵੀ ਮੈਂਬਰ ਸਾਰੀਆਂ ਜਾਤਾਂ ਪਾਤਾਂ ਦੇ ਉਥੇ ਮੈਂਬਰ ਲਏ ਗਏ ਆ ਉਹਨਾਂ ਮੁਤਾਬਕ ਉਸ ਨੂੰ ਬਣਾਇਆ ਜਾਂਦਾ ਹੈ ਫੰਡ ਲਾਇਆ ਜਾਂਦਾ ਹੈ ਸਾਰੇ ਲੋਕ ਉਹਦੇ ਵਿੱਚ ਫੰਡ ਦਿੰਦੇ ਆ ਸਾਰੇ ਲੋਕ ਹੀ ਉਹਦੇ ਵਿੱਚ ਵਿਆਹ ਸ਼ਾਦੀ ਤੇ ਵੀ ਕੋਈ ਪ੍ਰੋਗਰਾਮ ਹੋਵੇ ਉਸੇ 'ਚ ਕਰਦੇ ਆ ਸਾਡਾ ਉਹ ਸਾਰੇ ਨਗਰ ਦਾ ਸਾਂਝਾ ਹੈ ਬੜਾ ਹੀ ਅਸੀਂ ਸਾਰਾ ਨਗਰ ਬੈਠ ਕੇ ਉਹਦੇ ਵਿੱਚ ਜੋ ਵੀ ਕੋਈ ਪ੍ਰੋਗਰਾਮ ਕਰਦੇ ਆ ਤੇ ਸਾਰੇ ਇਕੱਠੇ ਬੈਠ ਕੇ ਕਰਦੇ ਆ ਸਾਡਾ ਅੱਗੇ ਤੋਂ ਵੀ ਇਹ ਹੈ ਵੀ ਜਿਹੜਾ ਛਮਛਾਉ ਕਾਟ ਹੈ ਇਹ ਵੀ ਇੱਕ ਹੋਵੇ ਜਿਹੜਾ ਕਿ ਕਿਸੇ ਜਾਤ ਪਾਤ ਦੇ ਵਿੱਚ ਨਾ ਕੋਈ ਵਿਰੋਧਤਾ ਹੋਵੇ ਅਸੀਂ ਇਹ ਚਾਹੁੰਦੇ ਆ ਸਾਰਾ ਨਗਰ ਪਾਰਟੀਆਂ ਦੇ ਬੰਦੇ ਨਾਲ ਆ ਜੀ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਜ਼ਿੰਮੇਵਾਰ ਆਦਮੀ ਇੱਥੇ ਮੌਜੂਦ ਹੈ ਕਾਂਗਰਸ ਦੇ ਵੀ ਮੌਜੂਦ ਹੈ ਤੇ ਕਾਲੀ ਦਲ ਦੇ ਵੀ ਮੌਜੂਦ ਹੈ ਤਿੰਨ ਹੀ ਪਾਰਟੀਆਂ ਜੀ ਗਰੀਬਾਂ ਦੇ ਵੀ ਮੌਜੂਦ ਆ ਜੀ ਗਰੀਬਾਂ ਦੇ ਬੰਦੇ ਵੀ ਹਾਜ਼ਰ ਹੈ ਇਹਨੂੰ ਇਸ ਕਰਕੇ ਹੀ ਬੰਦ ਕਰ ਰਹੇ ਆ ਵੀ ਕੋਈ ਵੰਡੀਆਂ ਨਾ ਪੈਣ ਕਿਸੇ ਕਿਸਮ ਦੀਆਂ ਨਗਰ ਦੇ ਵਿੱਚ ਕੋਈ ਗਰੀਬ ਆਉਣਾ ਆਖੇ ਵੀ ਸਾਨੂੰ ਅੱਡ ਕੀਤਾ ਗਿਆ ਇਹ ਸਰਪੰਚ ਸਾਹਿਬ ਨੇ ਆਖਿਆ ਵੀ ਇਸ ਥਾਂ ਦੇ ਉੱਤੇ ਇੱਕ ਝਾਲਕਾਰ ਬਣਾਇਆ ਜਾਊਗਾ ਤੇ ਇੱਥੇ ਜਿਹੜੀ ਆਰਗੈਨਿਕ ਸਬਜ਼ੀ ਹੈ ਉਹਦਾ ਇੱਕ ਸੈਂਟਰ ਬਣਾਇਆ ਜਾਊਗਾ ਇਹ ਜਿਹੜੀਆਂ ਚੀਜ਼ਾਂ ਹੈ ਗਵਰਨਮੈਂਟ ਦੇ ਪੈਸੇ ਨਾਲ ਇਹਨਾਂ ਦੇ ਭਰਾਲੇ ਨਾਲ ਹੋਣੀਆਂ ਜੀ ਇਹ ਇਹਨਾਂ ਨੇ ਕਰਨੀਆਂ ਇਹ ਇਹਨਾਂ ਦੇ ਮਤਲਬ ਦੀ ਗੱਲ ਹੈ ਜਿਹੜੀ ਸਾਡੇ ਨਗਰ ਦੀ ਗੱਲ ਹੈ ਉਹ ਅਸੀਂ ਇਕੱਠਿਆਂ ਹੋ ਕੇ ਕਰ ਰਹੇ ਹਾਂ ਸਾਰੇ ਜਾਣੇ ਕੋਈ ਵੀ ਬੰਦਾ ਜਿਹੜਾ ਕਿਸੇ ਕਿਸਮ ਦਾ ਕੋਈ ਵਿਵਾਦ ਨਾ ਨਗਰ ਦੇ ਵਿੱਚ ਹੋਵੇ ਤੇ ਅਸੀਂ ਗਵਾਂਢੀ ਪਿੰਡਾਂ ਨੂੰ ਵੀ ਕਹਿੰਨੇ ਆ ਜਿਨ੍ਹਾਂ ਦੇ ਦੋ ਦੋ ਇੱਕ ਕਰਨ ਤੇ ਗਵਰਨਮੈਂਟ ਤੋਂ ਵੀ ਇਹਦਾ ਲਾਹਾ ਲੈਣ